इंडियाना ਦੇ ਵਿੱਚ ਇੱਕ 45 ਸਾਲਾਂ ਦੇ ਫਾਦਰ ਨੂੰ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਕਿ ਉਸ ਦਾ 4 ਸਾਲਾਂ ਦਾ ਮੁੰਡਾ ਲੋਡਡ ਗਨ ਦੇ ਨਾਲ ਖੇਲ ਰਿਹਾ ਸੀ। ਸ਼ੇਨ ਆਸਬੋਰਨ 45 ਸਾਲਾਂ ਨੂੰ ਜੋ ਹੈਗਾ ਉਸ ਨੂੰ ਚਾਰਜ ਕੀਤਾ ਗਿਆ ਨੈਗਲੈਕਟ ਆਫ ਇੰਡੀਪੈਂਡੈਂਟ। ਉਸਨੇ ਜੋ ਬੀਚ ਗਰੋਵ ਪੁਲਿਸ ਡਿਪਾਰਟਮੈਂਟ ਆ ਉੱਥੇ ਜਦੋਂ ਲੋਕਾਂ ਨੇ ਦੇਖਿਆ ਵੀ ਇੱਕ ਬੱਚਾ ਬਾਲਕੋਨੀ ਦੇ ਵਿੱਚ ਅਪਾਰਟਮੈਂਟ ਦੀ ਦੇ ਵਿੱਚ ਗਨ ਦੇ ਨਾਲ ਜਿਹੜਾ ਆ ਖੇਲ ਰਿਹਾ ਆ, ਕਦੇ ਉੱਪਰ ਨੂੰ ਕਰ ਰਿਹਾ ਜਾਂ ਥੱਲੇ ਨੂੰ ਕਰ ਰਿਹਾ, ਤੇ 15 ਰਾਊਂਡਸ ਜਦੋਂ ਉਸ ਨੂੰ ਫੜਿਆ ਗਿਆ, ਬੱਚੇ ਕੋਲੋਂ ਗਨ ਫੜੀ ਗਈ ਸੀ, 15 ਰਾਊਂਡਸ ਆਲਰੇਡੀ ਉਸ ਦੇ ਮੈਗਜ਼ੀਨ ਦੇ ਵਿੱਚ ਲੋਡਡ ਸੀਗੇ। ਸੋ ਕਿਸੇ ਨੇ ਬੀਚ ਗਰੋਵ ਦੀ ਜੋ ਉੱਥੇ ਦੀ ਲੋਕਲ ਪੁਲਿਸ ਆ ਉਸ ਨੂੰ 911 ਤੇ ਕਾਲ ਕੀਤਾ ਵੀ ਇੱਕ ਬੱਚਾ ਜਿਹਨੇ ਸਿਰਫ ਡੈਪਰੀ ਪਾਇਆ ਸੀ, ਨਾ ਉਹਦੇ ਕੋਈ ਸ਼ਰਟ ਸੀ ਨਾ ਕੁਛ, ਤੇ ਹੱਥ ਦੇ ਵਿੱਚ ਗਨ ਲੈ ਕੇ ਉਹ ਘੁੰਮ ਰਿਹਾ, ਤੇ ਫਿਰ ਪੁਲਿਸ ਵਾਲਿਆਂ ਨੇ ਬੱਚੇ ਤੋਂ ਗਨ ਲਈ ਤੇ ਉਸ ਦੇ ਫਾਦਰ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ। ਸੋ ਬਿਲਕੁਲ ਇਹ ਬਣਦੀ ਆ ਜਿਹੜਾ ਹਰਜੋਤ ਸਿੰਘ ਜੀ ਵੀ ਧਿਆਨ ਜਿਹੜਾ ਨਹੀਂ ਰੱਖਿਆ, ਆਪ ਲਾਈਵ ਸਟ੍ਰੀਮਿੰਗ ਕਰਦੇ ਸੀ ਤੇ ਕਹਿੰਦੇ ਲਾਈਵ ਸਟ੍ਰੀਮ ਦੌਰਾਨ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਟਵਿੱਟਰ ਦੇ ਸਿੰਗਾਪੁਰ ਦੇ ਇੰਪਲਾਈ ਆ ਉਹਨਾਂ ਨੂੰ ਉਹਨਾਂ ਦੇ ਆਫਿਸਾਂ ਦੇ ਵਿੱਚੋਂ ਬਾਹਰ ਤੋੜ ਦਿੱਤਾ ਗਿਆ। ਕਾਰਨ ਕੀ ਬਣਿਆ ਵੀ ਮਸਕ ਨੇ ਸਿੰਗਾਪੁਰ ਦੇ ਇਸ ਜਿਹੜਾ ਰੈਂਟ ਦੇ ਉੱਤੇ ਆਫਿਸ ਲਿਆ ਆ ਉਹਦਾ ਰੈਂਟ ਜਿਹੜਾ ਉਹ ਪੇ ਨਹੀਂ ਕੀਤਾ ਸੀਗਾ। ਸੋ ਹੁਣ ਸਿੰਗਾਪੁਰ ਬੇਸਡ ਸਟਾਫਰਸ ਆ ਇਹਨਾਂ ਨੂੰ ਰਿਮੋਟ ਵਰਕਰ ਦੇ ਤੌਰ ਦੇ ਉੱਤੇ ਰੀਅਸਾਈਨ ਕੀਤਾ ਜਾ ਰਿਹਾ ਆ। ਇੱਥੇ ਤਾਂ ਕਿਸੇ ਨਾਲ ਕਹਿੰਦਾ ਵੀ ਦਫ਼ਤਰੇ ਆਓ, ਉੱਥੇ ਦਫ਼ਤਰ ਦਾ ਕਿਰਾਇਆ ਨਹੀਂ ਦੇ ਰਿਹਾ ਤੇ ਕਹਿੰਦਾ ਵੀ ਹੁਣ ਤੁਸੀਂ ਰਿਮੋਟ ਵਰਕ ਜਿਹੜਾ ਉਹ ਕਰੋ। ਸੋ ਟਵਿੱਟਰ ਦੇ ਉੱਤੇ ਅੱਜ ਕਹਿੰਦੇ ਵੀ ਪਲੇਟਫਾਰਮ ਦੇ ਉੱਤੇ ਇਸ ਚੀਜ਼ ਦੀ ਕਾਫੀ ਚਰਚਾ ਰਹੀ। ਇੰਡੀਆਨਾ ਦੇ ਵਿੱਚ ਇੱਕ 45 ਸਾਲਾਂ ਦੇ ਫਾਦਰ ਨੂੰ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਕਿ ਉਸ ਦਾ 4 ਸਾਲਾਂ ਦਾ ਮੁੰਡਾ ਲੋਡਡ ਗਨ ਦੇ ਨਾਲ ਖੇਲ ਰਿਹਾ ਸੀ। ਸ਼ੇਨ ਆਸਬੋਰਨ 45 ਸਾਲਾਂ ਨੂੰ ਜੋ ਹੈਗਾ ਉਸ ਨੂੰ ਚਾਰਜ ਕੀਤਾ ਗਿਆ ਨੈਗਲੈਕਟ ਆਫ ਇੰਡੀਪੈਂਡੈਂਟ। ਉਸਨੇ ਜੋ ਬੀਚ ਗਰੋਵ ਪੁਲਿਸ ਡਿਪਾਰਟਮੈਂਟ ਆ ਉੱਥੇ ਜਦੋਂ ਲੋਕਾਂ ਨੇ ਦੇਖਿਆ ਵੀ ਇੱਕ ਬੱਚਾ ਬਾਲਕੋਨੀ ਦੇ ਵਿੱਚ ਅਪਾਰਟਮੈਂਟ ਦੀ ਦੇ ਵਿੱਚ ਗਨ ਦੇ ਨਾਲ ਜਿਹੜਾ ਆ ਖੇਲ ਰਿਹਾ ਆ, ਕਦੇ ਉੱਪਰ ਨੂੰ ਕਰ ਰਿਹਾ ਜਾਂ ਥੱਲੇ ਨੂੰ ਕਰ ਰਿਹਾ, ਤੇ 15 ਰਾਊਂਡਸ ਜਦੋਂ ਉਸ ਨੂੰ ਫੜਿਆ ਗਿਆ, ਬੱਚੇ ਕੋਲੋਂ ਗਨ ਫੜੀ ਗਈ ਸੀ, 15 ਰਾਊਂਡਸ ਆਲਰੇਡੀ ਉਸ ਦੇ ਮੈਗਜ਼ੀਨ ਦੇ ਵਿੱਚ ਲੋਡਡ ਸੀਗੇ। ਸੋ ਕਿਸੇ ਨੇ ਬੀਚ ਗਰੋਵ ਦੀ ਜੋ ਉੱਥੇ ਦੀ ਲੋਕਲ ਪੁਲਿਸ ਆ ਉਸ ਨੂੰ 911 ਤੇ ਕਾਲ ਕੀਤਾ ਵੀ ਇੱਕ ਬੱਚਾ ਜਿਹਨੇ ਸਿਰਫ ਡੈਪਰੀ ਪਾਇਆ ਸੀ, ਨਾ ਉਹਦੇ ਕੋਈ ਸ਼ਰਟ ਸੀ ਨਾ ਕੁਛ, ਤੇ ਹੱਥ ਦੇ ਵਿੱਚ ਗਨ ਲੈ ਕੇ ਉਹ ਘੁੰਮ ਰਿਹਾ, ਤੇ ਫਿਰ ਪੁਲਿਸ ਵਾਲਿਆਂ ਨੇ ਬੱਚੇ ਤੋਂ ਗਨ ਲਈ ਤੇ ਉਸ ਦੇ ਫਾਦਰ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ। ਸੋ ਬਿਲਕੁਲ ਇਹ ਬਣਦੀ ਆ ਜਿਹੜਾ ਹਰਜੋਤ ਸਿੰਘ ਜੀ ਵੀ ਧਿਆਨ ਜਿਹੜਾ ਨਹੀਂ ਰੱਖਿਆ, ਆਪ ਲਾਈਵ ਸਟ੍ਰੀਮਿੰਗ ਕਰਦੇ ਸੀ ਤੇ ਕਹਿੰਦੇ ਲਾਈਵ ਸਟ੍ਰੀਮ ਦੌਰਾਨ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਟਵਿੱਟਰ ਦੇ ਸਿੰਗਾਪੁਰ ਦੇ ਇੰਪਲਾਈ ਆ ਉਹਨਾਂ ਨੂੰ ਉਹਨਾਂ ਦੇ ਆਫਿਸਾਂ ਦੇ ਵਿੱਚੋਂ ਬਾਹਰ ਤੋੜ ਦਿੱਤਾ ਗਿਆ। ਕਾਰਨ ਕੀ ਬਣਿਆ ਵੀ ਮਸਕ ਨੇ ਸਿੰਗਾਪੁਰ ਦੇ ਇਸ ਜਿਹੜਾ ਰੈਂਟ ਦੇ ਉੱਤੇ ਆਫਿਸ ਲਿਆ ਆ ਉਹਦਾ ਰੈਂਟ ਜਿਹੜਾ ਉਹ ਪੇ ਨਹੀਂ ਕੀਤਾ ਸੀਗਾ। ਸੋ ਹੁਣ ਸਿੰਗਾਪੁਰ ਬੇਸਡ ਸਟਾਫਰਸ ਆ ਇਹਨਾਂ ਨੂੰ ਰਿਮੋਟ ਵਰਕਰ ਦੇ ਤੌਰ ਦੇ ਉੱਤੇ ਰੀਅਸਾਈਨ ਕੀਤਾ ਜਾ ਰਿਹਾ ਆ। ਇੱਥੇ ਤਾਂ ਕਿਸੇ ਨਾਲ ਕਹਿੰਦਾ ਵੀ ਦਫ਼ਤਰੇ ਆਓ, ਉੱਥੇ ਦਫ਼ਤਰ ਦਾ ਕਿਰਾਇਆ ਨਹੀਂ ਦੇ ਰਿਹਾ ਤੇ ਕਹਿੰਦਾ ਵੀ ਹੁਣ ਤੁਸੀਂ ਰਿਮੋਟ ਵਰਕ ਜਿਹੜਾ ਉਹ ਕਰੋ। ਸੋ ਟਵਿੱਟਰ ਦੇ ਉੱਤੇ ਅੱਜ ਕਹਿੰਦੇ ਵੀ ਪਲੇਟਫਾਰਮ ਦੇ ਉੱਤੇ ਇਸ ਚੀਜ਼ ਦੀ ਕਾਫੀ ਚਰਚਾ ਰਹੀ।